ਫੜ ਕੇ ਲੈ। ਹੁਣ ਮੈਂ ਉਹ ਬੁਗਿਆੜਪੁਰੇ ਜਿਹੜਾ ਬਾਥਰੂਮ ਬਣਿਆ ਨਾਲੀ ਦੇ ਉੱਪਰ ਉਹ ਪੂਰਾ ਬਣ ਚੁੱਕਾ, ਉਹਦੇ ਬੰਦੇ ਨੇ ਰਿਟਰਨ ਚ ਇਹਨੂੰ ਸ਼ਿਕਾਇਤ ਦਿੱਤੀ ਸੀ ਉਹਦੇ, ਉੱਥੇ ਹਜੇ ਤੱਕ ਇਹਨੇ ਕਾਰਵਾਈ ਕੀਤੀ ਨਹੀਂ। ਕਹਿੰਦਾ ਵੀ ਉਹ ਐਮ ਸੀ ਨੇ ਕਿਹਾ, ਇਹ ਵੀ ਤਾਂ ਐਮ ਸੀ ਨੇ ਕਿਹਾ ਸੀ, ਅਤੇ ਤਿੰਨ ਗੇਟ ਹੋਰ ਲੱਗੇ ਨੇ ਭਾਈ, ਕਹਿੰਦਾ ਕਿਹੜੇ ਹਜੇ ਤੱਕ ਦੀ ਉਹ ਬਹੁਤ ਬਹੁਤ ਸਵਾਗਤ ਹੈ ਇਹਨਾਂ ਨਾਲ ਨਿਊਜ਼ ਦੇ ਫੇਸਬੁੱਕ ਪੇਜ 'ਤੇ। ਪ੍ਰਵਾਸੀ ਦੇ ਰੇਹੜੀਆਂ ਦਾ ਅਸੀਂ ਲਗਾਤਾਰ ਦਿਖਾ ਰਹੇ ਕਿ ਨਾ ਤੁਹਾਨੂੰ ਸਮਾਨ ਦਿਖਾਉਂਦੇ ਆ, ਪਰ ਅੱਜ ਇੱਕ ਪ੍ਰਵਾਸੀ ਰੇਹੜੀ ਦਾ ਆਪਾਂ ਜੋ ਬਾਈ ਇੱਥੇ ਰੇਹੜੀ ਦੀ ਰੇਹੜੀ 'ਤੇ ਜੂਸ ਲਾਉਂਦਾ ਅੱਜ ਉਹ ਵੀ ਚੈੱਕ ਕਰਦੇ ਹਾਂ, ਤਾਂ ਅੱਜ ਪਹਿਲੀ ਤਸਵੀਰ ਦੇਖ ਲੈਂਦੇ ਹਾਂ। ਤਾਂ ਅੱਜ ਇਹ ਆਪਾਂ ਦਿਖਾਵਾਂਗੇ ਇਹ ਬਾਈ ਦਾ ਇਹ ਜੂਸ ਕਿਸ ਤਰ੍ਹਾਂ ਬਣਾਉਂਦਾ, ਲਾਈਵ ਤਸਵੀਰਾਂ ਲਗਾਤਾਰ ਤੁਸੀਂ ਕਵਰੇਜ ਦੇਖ ਰਹੇ ਹੋ। ਤਾਂ ਇਹ ਬਾਈ ਦੀ ਆਪਾਂ ਪਹਿਲਾਂ ਚੈੱਕ ਕਰ ਲੈਂਦੇ ਹਾਂ, ਵੈਸੇ ਤਾਂ ਸਫਾਈ ਸਫੂਈ ਤਾਂ ਬਾਈ ਵਧੀਆ ਰੱਖਦਾ, ਪਰ ਫਿਰ ਵੀ ਆਪਾਂ ਚੈੱਕ ਕਰਿਆ ਤੁਹਾਡੀ ਲਗਾਤਾਰ ਫੋਨ ਕਾਲਸ ਔਰ ਕਮੈਂਟ ਆ ਰਹੇ ਸੀ ਕਿ ਇਹ ਬਾਈ ਕਿੱਦਾਂ ਦੇ ਬਣਾਉਂਦੇ ਆ। ਤਾਂ ਇਹ ਤਸਵੀਰਾਂ ਤੁਸੀਂ ਦੇਖ ਲਓ ਕਿ ਇਹ ਬਾਈ ਇੱਥੇ ਜੂਸ ਬਣਾਉਂਦਾ, ਵੈਸੇ ਬਾਈ ਸੋਹਣਾ ਸੁਨੱਖਾ ਪੂਰਾ, ਇਹ ਨਹੀਂ ਗੱਲ ਇੱਦਾਂ ਦੀ ਕੋਈ। ਤਾਂ ਫਿਰ ਅੱਗੇ ਤੱਕ ਆਪਾਂ ਸਾਰੇ ਦਿਖਾ ਦਿੰਦੇ ਹਾਂ। ਤਾਂ ਇੱਧਰ ਤੁਸੀਂ ਦੇਖ ਲਓ, ਇੱਧਰ ਬਾਈ ਦੇ ਮਸੰਮੀਆਂ ਵਗੈਰਾ ਰੱਖੀਆਂ ਹੋਈਆਂ, ਆ ਜਾ ਅਨਾਰ ਪੂਰੇ ਵਧੀਆ, ਅਜੇ ਤੱਕ ਤਾਂ ਪੂਰਾ ਸਮਾਨ ਸੈੱਟ ਪਹਿਲਾਂ ਇੱਧਰ ਕੀ ਰੱਖਿਆ ਹੋਇਆ, ਦਿਖਾਓ ਜਰਾ ਪੂਰੇ ਸੈੱਟ ਆ। ਕੋਈ ਨਹੀਂ ਤੁਸੀਂ ਇਹ ਦੇਖ ਲਓ, ਕੋਈ ਨਹੀਂ ਅਜੇ ਤੱਕ ਨੰਬਰ 1 ਆ ਪੂਰਾ ਸਮਾਨ ਜੋ ਬਾਈ ਬਣਾਉਂਦਾ, ਬਾਕੀ ਜੂਸ ਬਣਾਉਂਦਾ ਤਾਂ ਵਧੀਆ ਬਾਈ ਤਿਆਰ ਕਰਦਾ। ਤਾਂ ਇੱਧਰੋਂ ਇੱਕ ਬਾਈ ਦੀ ਇਹ ਵੀ ਆ ਰੈਡੀ, ਅਤੇ ਕਲਰ ਵਗੈਰਾ ਵੀ ਪਾਉਂਦੇ ਹੋ ਕਿ ਕਿੱਦਾਂ? ਕੁਛ ਅੰਦਰ ਪੇਟੀਆਂ ਵਗੈਰਾ ਰੱਖ ਲੈਂਦੇ ਆ, ਤਾਂ ਆਪਾਂ ਉਹ ਵੀ ਦਿਖਾਉਂਦੇ ਹਾਂ। ਤਾਂ ਇੱਧਰ ਦੇਖ ਤਸਵੀਰ ਦੇਖ ਦਿਖਾਉਂਦੇ ਆ ਬਾਜੀ, ਆਹ ਮਾੜਾ ਖੋਲੋ ਯਾਰ ਇੱਕ ਮਿੰਟ, ਇੱਧਰ ਇੱਧਰ ਵੀ ਕੈਮਰਾ, ਮੈਂ ਕੈਮਰਾ ਮਾਰ ਕੇ ਇੱਧਰ ਵੀ ਦਿਖਾ ਦੇ ਕਿ ਸਾਰੇ ਰੇਹੜੀਆਂ ਵਾਲੇ ਕਹਿੰਦੇ ਇੱਕੋ ਜਿਹੇ ਨਹੀਂ ਹੁੰਦੇ, ਕੁਛ ਇੱਦਾਂ ਦੇ ਵੀ ਹੈਗੇ ਆ ਕਿਹੜੇ ਸਾਫ਼ ਸਫਾਈਆ ਪੂਰਾ ਰੱਖਦੇ ਆ। ਤਾਂ ਇੱਧਰ ਇੱਕ ਹੋਰ ਅੱਗੇ ਰੱਖ ਦੇਖ ਲੈਂਦੇ ਹਾਂ, ਆ ਪਾਣੀ ਪੀਣ ਵਾਲੀ ਹੈ ਨਾ, ਇਹ ਪਾਣੀ ਪੀਣ ਵਾਲਾ ਕਹਿੰਦਾ ਬਾਈ, ਠੀਕ ਆ ਇਹ ਪੀਣ ਵਾਲਾ ਪਾਣੀ ਆ। ਹੋਰ ਕੋਈ ਬੱਚਾ ਬਾਈ ਕੀ ਆਹ ਮਿੱਠਾ ਵਾ ਨਾ, ਆਹ ਮਿੱਠਾ, ਇਹ ਬਈ ਮਿੱਠਾ ਕਿਹੜੀ ਗੱਲ ਪਾਉਂਦੇ ਹੋ ਕਿ ਅਨਾਰ ਵਗੈਰਾ ਸੇਬ ਜੋ ਮਿੱਠੇ ਨਹੀਂ ਹੁੰਦੇ, ਕਿਹੜਾ ਕਹਿੰਦਾ ਉਹਨੂੰ ਮਿੱਠਾ ਪਾਉਂਦੇ ਹੋ? ਅਤੇ ਇਹ ਮਿੱਠਾ ਕਾਹਦਾ ਬਣਾ ਬਈ, ਬਣਾਇਆ ਕਿਹੜੀ ਚੀਜ਼ ਦਾ ਹੋਇਆ ਮਿੱਠਾ? ਖੰਡ ਤੋਂ, ਖੰਡ ਤੋਂ ਹੀ ਬਣਾਇਆ, ਠੀਕ ਹੈ। ਇੱਕ ਜ਼ਰੂਰ ਹੈ ਕਿ ਬਾਈ ਮਿੱਠਾ ਪਾਉਂਦੇ ਆ ਨਾ, ਅਤੇ ਕਿਹੜਾ ਕਹਿੰਦੇ ਉਹ ਨਹੀਂ ਪਾਉਂਦੇ ਹੋ? ਕਿਹੜਾ ਕਹਿ ਦਿੰਦਾ ਉਹਨੂੰ ਪਾ ਦਿੰਦੇ ਹੋ, ਹਾਂਜੀ ਦੂਜੇ ਨੂੰ ਨਹੀਂ ਪਾਉਂਦੇ? ਲੈ ਬਾਈ ਕਹਿੰਦਾ ਕਿ ਇੱਕ ਤਾਂ ਮਿੱਠਾ ਜ਼ਰੂਰ ਅਸੀਂ ਪਾਉਂਦੇ ਹਾਂ, ਪਰ ਉਹ ਨਹੀਂ ਪਾਉਂਦੇ ਹਾਂ ਜਿਹੜਾ ਬਾਈ ਕਹਿ ਦਿੰਦਾ, ਸਾਰਿਆਂ ਨੂੰ ਨਹੀਂ ਪਾਉਂਦੇ ਕਿਹਦਾ ਦਿਲ ਕਰੇ। ਤਾਂ ਇੱਥੇ ਤਕਰੀਬਨ 2 ਰੇਹੜੀਆਂ ਲੱਗੀਆਂ, ਅਤੇ ਕਿੱਧਰ ਇਹ ਬਾਈ ਸਾਰਾ ਇੱਕੋ ਹੀ ਆ ਸਾਰਾ ਸਮਾਨ? ਹੋਰ ਬਾਈ ਕੀ ਹਾਲ ਤੇਰਾ? ਠੀਕ ਆ, ਆਹ ਖੁੱਲ੍ਹ ਮੜਾ ਜਾ ਯੰਤਰ ਤੇਰਾ, ਇੱਥੇ ਕੀ ਰੱਖਿਆ ਹੋਇਆ? ਪਪੀਤਾ ਹੈਗਾ, ਚੋਕਲੇਟ, ਠੀਕ ਹੈ, ਇਹ ਸਾਰੇ ਵਿੱਚ ਹੀ ਪਾਉਣਾ ਨਾ, ਅਤੇ ਵਿੱਚ ਤਾਂ ਮਿੱਠਾ ਮੁੱਠਾ ਪਾਉਣ ਦੀ ਲੋੜ ਹੀ ਨਹੀਂ ਹੁੰਦੀ ਹੋਣੀ, ਮਿੱਠਾ ਪਾਏ ਤਾਂ ਜੋ ਬੋਲਦੇ ਹੋ ਬੁਰਾ ਖਾਂਡੀ ਪੈਂਦੀ ਆ, ਠੀਕ ਆ। ਤਾਂ ਇਹ ਕਿੱਦਾਂ ਇਹ ਅਲੱਗ ਰੱਖੀ ਹੋ, ਠੀਕ ਆ, ਹਾਂਜੀ ਓਕੇ। ਚਲੋ ਵੈਸੇ ਬਾਈ ਬਹੁਤ ਵਧੀਆ ਕੰਮ ਕਰਦਾ, ਪਹਿਲਾਂ ਵੀ ਇਸਦਾ ਬਾਈ ਦਾ ਨਾਮ ਆ ਬਾਈ ਵਧੀਆ ਕੰਮ ਕਰਦਾ, ਸ਼ਾਬਾਸ਼ ਬਹੁਤ ਵਧੀਆ ਕਰ ਰਿਹਾ।
ਇੱਕ ਨਕੋਦਰ 'ਚ ਇਹ ਵੀ ਕਹਿ ਸਕਦੇ ਹਾਂ ਕਿ ਸਟਾਲ ਇੱਕ ਰੇਹੜੀ ਇਹ ਵੀ ਹੈ ਕਿ ਜ਼ਰੂਰ ਫਰਕ ਹੈ ਦੂਜੇ ਬੰਦਿਆਂ ਦੇ ਨਾਲੋਂ, ਸਫਾਈ ਦਾ ਪ੍ਰਬੰਧ ਵੀ ਹੈ ਔਰ ਦੂਜੀ ਗੱਲ ਕਿ ਜੂਸ ਬਣਾਉਂਦਾ ਤਾਂ ਵਧੀਆ ਬਣਾਉਂਦਾ। ਪੂਰੀ ਰੇਹੜੀ ਦੀ ਆਪਾਂ ਚੈਕਿੰਗ ਕਰ ਲਈਏ ਚਾਰੇ ਪਾਸੇ, ਬਾਈ ਨੂੰ ਦੱਸ ਕੇ ਨਹੀਂ ਆਇਆ, ਮੈਂ ਪਿਛਲੀ ਸਾਈਡ ਤੋਂ ਆਇਆ ਸੀ ਕਿ ਪਤਾ ਨਾ ਲੱਗ ਜੇ, ਪਿੱਛੇ ਗਲਾਸ ਮਾਂਜ ਰਿਹਾ ਸੀ ਤਾਂ ਉਹ ਵੀ ਪਹਿਲਾਂ ਸਰਫ ਵਗੈਰਾ ਵਿੱਚ ਮਾਰ ਕੇ ਤੋਂ ਫਿਰ ਮਾਂਜ ਰਿਹਾ ਸੀਗਾ, ਤਾਂ ਇੱਥੋਂ ਲੱਗਦਾ ਕਿ ਕਿਤੇ ਨਾ ਕਿਤੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੁਛ ਬਾਈ ਸਫਾਈ ਵੀ ਰੱਖਦੇ ਆ। ਤਾਂ ਇਹ ਬਾਈ ਦੀ ਇੱਕ ਮੈਨੂੰ ਵਧੀਆ ਗੱਲ ਲੱਗੀ ਹੈ, ਤਾਂ ਨਕੋਦਰ ਵਿੱਚ ਕਦੇ ਟਾਈਮ ਮੌਕਾ ਮਿਲਿਓ ਤਾਂ ਇੱਥੇ ਆ ਕੇ ਜ਼ਰੂਰ ਇਸਦਾ ਜੂਸ ਤੁਸੀਂ ਆਪ ਆ ਕੇ ਚੈੱਕ ਵੀ ਕਰ ਸਕਦੇ ਹੋ। ਮੈਂ ਕੋਈ ਮਸ਼ਹੂਰੀ ਕੋਈ ਐਡ ਨਹੀਂ ਕਰ ਰਿਹਾ, ਪਰ ਜੋ ਬੰਦਾ ਨਕੋਦਰ 'ਚ ਵਧੀਆ ਕੰਮ ਕਰੇਗਾ ਅਸੀਂ ਉਸਨੂੰ ਐਪਰੀਸ਼ੀਏਟ ਕਰਾਂਗੇ, ਉਸਦਾ ਅਸੀਂ ਜੋ ਨਾਮ ਹੈ ਉਸਨੂੰ ਅਸੀਂ ਸੋਚਾਂਗੇ ਕਿ ਅੱਗੇ ਤੋਂ ਵਧੀਆ ਬਣਾਵੇ, ਹੋਰ ਲੋਕਾਂ ਤੱਕ ਜਾਵੇ। ਅਤੇ ਬਾਈ ਬਹੁਤ ਸਾਰਾ ਫਰਕ ਹੈ, ਵਧੀਆ ਜੂਸ ਬਣਾਉਂਦੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਥੈਂਕ ਯੂ।